ਕਿਵੇਂ ਆ ਪ੍ਰਧਾਨ ਜੀ, ਫੌਜੀ ਸਾਹਿਬ ਕੀ ਹਾਲ ਨੇ? ਠੀਕ ਆ, ਬਹੁਤ ਬਾਈ। ਯਾਰ ਜਿਹੜਾ ਚੱਲਦਾ ਪੈਦਲ ਯਾਤਰਾ ਅੰਦੋਲਨ ਜਿਹਾ, ਭਾਰਤ ਜੋੜੋ ਯਾਤਰਾ, ਇਹਦੇ ਬਾਰੇ ਤੇਰਾ ਕੀ ਖਿਆਲ ਆ ਯਾਰ? ਕੀ ਆ ਇਹ ਬਾਈ? ਮੇਰਾ ਖਿਆਲ ਪਤਾ ਕੀ ਆ, ਮੈਨੂੰ ਕੱਲ ਪਰਸੋਂ ਦਾ ਮੈਨੂੰ ਇਹ ਲੱਗੀ ਜਾਂਦਾ ਸੀਗਾ ਵੀ ਭਾਰਤ ਜੋੜੋ ਯਾਤਰਾ ਤਾਂ ਚਲੋ ਠੀਕ ਆ, ਪਰ ਜਿਹੜੇ 84 ਦੇ ਟਾਈਮ ਦੇ ਵਿੱਚ ਜਿਹੜੇ ਲੋਕ ਤੋੜੇ ਆ ਉਹਨਾਂ ਨੂੰ ਜਵਾਬ ਕੌਣ ਦਊਗਾ? 84 ਦੇ ਟਾਈਮ ਜਿਹੜੇ ਤੁਸੀਂ ਦੰਗੇ ਫਸਾਦ ਕੀਤੇ ਆ ਉਹਨੂੰ ਕੋਈ ਉਹਦੇ ਵੱਲ ਤਾਂ ਕੋਈ ਧਿਆਨ ਨਹੀਂ ਦੇ ਰਿਹਾ। ਬਿਲਕੁਲ। ਫਿਰ ਜਿਹੜੇ ਆਪਣਾ ਵਾਰਸ ਜਥੇਬੰਦੀ ਪੰਜਾਬ ਦੇ ਹੈਗੇ ਨੁਮਾਇੰਦੇ ਜਿਹੜੇ ਚੁਣੇ ਗਏ ਆ ਭਾਈ ਅੰਮ੍ਰਿਤਪਾਲ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਉਹ ਨੁਮਾਇੰਦੇ ਜਿਹੜੇ ਚੁਣੇ ਗਏ ਆ ਵੀ ਇਹ ਇਕੱਲੇ ਗੱਦੇ ਵੱਢਣ ਜੋਗੀ ਆ। ਵੀ ਮੰਨ ਲਓ ਗੱਦੇ ਵੱਢਤੇ, ਠੀਕ ਆ, ਤੁਸੀਂ ਤੁਸੀਂ ਕਿਸੇ ਚੀਜ਼ ਨੂੰ ਲੀਡ ਕਰ ਰਹੇ ਆ, ਕੁਰਸੀਆਂ ਜਿਹੜੀਆਂ ਉਹਨਾਂ ਨੇ ਜਿਹੜੀਆਂ ਭੰਨੀਆਂ, ਹਾਂ ਤੁਸੀਂ ਕਿਸੇ ਚੀਜ਼ ਨੂੰ ਲੀਡ ਕਰ ਰਹੇ ਆ, ਤੁਸੀਂ ਨੁਮਾਇੰਦੇ ਆ। ਮੇਰੇ ਮਗਰ ਕੋਈ ਹੁੰਦਾ ਘੱਟੋ ਘੱਟ 10 ਲੱਖ ਫੋਲੋ ਕਰਦਾ ਹੁੰਦਾ ਮੈਨੂੰ, ਹੈ ਤੇ ਮੈਂ ਉੱਥੇ ਨਾ ਖੜਦਾ ਨਾ ਗੇਟ ਮੂਹਰੇ ਜਾ ਕੇ ਅੰਮ੍ਰਿਤਸਰ ਦੇ ਗੇਟ ਮੂਹਰੇ, ਤੇ ਫਿਰ ਮੈਨੂੰ ਕੋਈ ਕਹਿੰਦਾ? ਉਹ ਆਪਣਾ ਘਰ ਆ ਸਿੱਖਾਂ ਦਾ ਘਰ ਜਿਹਨੂੰ ਕਹਿੰਦੇ ਆ। 84 ਦੇ ਟਾਈਮ ਚੋ ਚ ਇੰਨਾ ਕੁਛ ਟੈਂਕ ਚੜਾ ਕੇ ਗੋਲੇ ਕੀ ਕੁਛ ਕੀਤਾ ਹੈ, ਤੇ ਕਰ ਕੀ ਰਹੇ ਆ? ਕਰ ਕੀ ਰਿਹਾ ਸਿਆਸਤ, ਜਿਹਨੂੰ ਆਪਾਂ ਸਿਆਸਤ ਕਹਿੰਦੇ ਆ। ਸਿਆਸਤ ਕੀ ਰਿਹਾ? ਚੱਲ ਠੀਕ ਆ, ਕਾਂਗਰਸ ਸਰਕਾਰ ਆ, ਅਕਾਲੀ ਸਰਕਾਰ ਆ, ਸਾਰੀਆਂ ਸਰਕਾਰਾਂ ਵਾ, ਪਰ ਪੱਗਾਂ ਬੰਨਣ ਨਾਲ, ਪੀਲੀਆਂ ਪੱਗਾਂ ਬੰਨਣ ਨਾਲ ਲੋਕ ਨਾ ਜਿਹੜਾ ਤੁਸੀਂ ਇਮਿਊਨਿਟੀ ਨਾਲ ਜਿਹੜਾ ਕੀਤਾ ਧੱਕਾ, ਉਹ ਲੋਕ ਭੁੱਲਦੇ ਨਹੀਂ ਹੁੰਦੇ। ਫਿਰ ਉਹਨੂੰ ਕਿਸੇ ਨੇ ਉਹਨਾਂ ਦੀ ਐਡੀ ਜ਼ੁਰਤ ਵੇਖ ਲਾ ਵੀ ਉਹਨੇ ਅੱਜ ਤੱਕ ਕਦੇ ਮਾਫ਼ੀ ਵੀ ਨਹੀਂ ਮੰਗੀ। ਅੰਮ੍ਰਿਤਪਾਲ ਨੇ ਨਹੀਂ, ਰਾਹੁਲ ਗਾਂਧੀ ਨੇ। ਓਕੇ, ਦੀ ਨਹੀਂ ਮੈਂ ਗੱਲ ਕਰਦਾ, ਰਾਹੁਲ ਗਾਂਧੀ ਨੇ ਕਦੇ ਅੱਜ ਤੱਕ ਮਾਫ਼ੀ ਨਹੀਂ ਮੰਗੀ ਵੀ ਸਾਨੂੰ ਕੁਛ ਵੀ ਕਹਿਣ ਦਾ ਮਤਲਬ ਵੀ ਸਾਡੇ ਨਾਲ ਕੋਈ ਅਨੈਥਿਕ ਹੋਇਆ ਵਾ, ਵੀ ਸਾਥੋਂ ਗਲਤੀ ਹੋ ਗਈ ਜਾਂ ਕੁਛ ਵੀ, ਕਿਉਂਕਿ ਉਹਨਾਂ ਦੀ ਸਰਕਾਰ ਸੀ, ਉਹ ਸਰਕਾਰ ਦੀ ਵਜ੍ਹਾ ਕਰਕੇ ਜਦੋਂ ਮੰਨ ਲਾ ਵੀ ਇਹਦਾ ਟਾਈਮ ਸੀਗਾ ਇੰਦਰਾ ਗਾਂਧੀ ਦਾ ਜੋ ਵੀ ਸੀਗਾ, ਉਦੋਂ ਇਹਨਾਂ ਦੀ ਵਜ੍ਹਾ ਕਰਕੇ ਹੋਇਆ ਸਾਰਾ ਕੁਝ। ਇਹ ਜਵਾਬ ਵੀ ਦੇ ਸਕਦੇ ਸੀ ਪਰ ਉਹਨੇ ਕਦੇ ਜਵਾਬ ਨਹੀਂ ਦਿੱਤਾ। ਸਮੇਂ ਦੇ ਹਾਕਮ ਸੀ, ਕੁਛ ਕਰ ਸਕਦੇ ਸੀਗੇ ਸੀਗਾ। ਤੇ ਬਾਕੀ ਜਿਹੜੀ ਗੱਲ ਹੈਗੀ ਆ ਕੈਪਟਨ ਅਮਰਿੰਦਰ ਦੀ, ਇਹਨੇ 84 ਦੇ ਟਾਈਮ ਦੇ ਵਿੱਚ ਚੱਲ ਇਹਨਾਂ ਦੇ ਜਿਹੜੇ ਪਿਓ ਪੜਦਾਦੇ ਦਾਦੇ ਸੀਗੇ ਇਹਨਾਂ ਦੀ ਕੋਈ ਬਾਹਲੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਕੋਈ ਜ਼ਿਆਦਾ ਨਹੀਂ ਸੀਗੀ, ਕਹਿੰਦੇ ਆਪਦੇ ਪੱਖੀ ਸੋਚਦੇ ਸੀਗੇ, ਪਰ ਉਹ ਟਾਈਮ ਦੇ ਵਿੱਚ ਐਮ ਪੀ ਸੀਗਾ ਕੈਪਟਨ ਅਮਰਿੰਦਰ ਸਿੰਘ, ਉਹਨੇ ਰਿਜ਼ਾਈਨ ਕੀਤਾ ਸੀਗਾ ਜਿਹੜੀ ਆਹ ਵੀ ਸਾਡੇ ਨਾਲ ਤੁਸੀਂ ਆਹ ਧੱਕਾ ਕੀਤਾ। ਜੇ ਤੂੰ ਕਹੇ ਨਾ ਵੀ ਉਹ ਟਾਈਮ 'ਚ ਕਾਂਗਰਸ ਜਿੱਤੀ, ਉਹ ਕਾਂਗਰਸ ਨਾ ਉਵੇਂ ਨਹੀਂ ਜਿੱਤੀ, ਉਹ ਕੈਪਟਨ ਦੇ ਮੂੰਹ ਨੂੰ ਜਿੱਤੀ ਆ ਵੀ ਕੈਪਟਨ ਨੇ ਰਿਜ਼ਾਈਨ ਕੀਤਾ ਸੀ। ਜੇ ਕਿਤੇ ਕਾਂਗਰਸ ਸਰਕਾਰ ਬਣੀ ਆ ਨਾ, ਹਾਂਜੀ, ਕੈਪਟਨ ਅਮਰਿੰਦਰ ਸਿੰਘ ਦੀ ਵਜ੍ਹਾ ਕਰਕੇ ਬਣੀ ਆ। ਜੇ ਤੂੰ ਕਹੇ ਵੀ ਐਂ ਪੱਗਾਂ ਬੰਨ ਕੇ ਵੀ ਐਂ ਕੁਛ ਹੋਜੂ, ਗੇਮ ਘੁੰਮ ਜੂ, ਕੌਮ ਆ ਨਾ ਜਿਹੜੀ, ਕੌਮ ਨੀ ਕਦੇ ਭੁੱਲਦੀ ਹੁੰਦੀ, ਲੋਕ ਭੁੱਲ ਜਾਂਦੇ ਆ, ਲੋਕ ਜਿਹੜੇ ਭੁੱਲ ਜਾਂਦੇ ਆ। ਤੇ ਵੀ ਜਿਵੇਂ ਹੁਣ ਪੱਗਾਂ ਬੰਨ ਕੇ ਤੁਸੀਂ, ਕੱਲ ਸੁਣੀ ਆ ਸਾਡੀ ਵੀਡੀਓ, ਕੋਈ ਨਹਿੰਗ ਸੀਗੇ, ਨਹਿੰਗ ਉਹਨੂੰ ਪੁੱਛ ਰਹੇ ਆ ਕੋਈ ਇੰਟਰਵਿਊ ਕਰ ਰਿਹਾ ਕੋਈ, ਤੇ ਇੰਟਰਵਿਊ ਕਰ ਰਿਹਾ, ਆਖੇ ਜੀ ਤੁਸੀਂ ਕਿਵੇਂ ਸਮਝਦੇ ਆ ਜੀ ਰਾਹੁਲ ਗਾਂਧੀ ਆ ਰਹੇ? ਬਹੁਤ ਵਧੀਆ ਜੀ, ਆਖੇ ਬਹੁਤ ਵਧੀਆ, ਮੈਨੂੰ ਸ਼ਰਮ ਆਉਣੀ ਚਾਹੀਦੀ ਇਹ ਚ ਬੰਦਿਆਂ ਨੂੰ, ਪਹਿਲੀ ਗੱਲ ਤਾਂ ਇਹ ਚ ਬੰਦਿਆਂ ਨੂੰ ਮਰ ਜਾਣਾ ਚਾਹੀਦਾ, ਮਰਨਾ ਮੈਨੂੰ ਲੱਗਦਾ ਜ਼ਿਆਦਾ ਬੈਟਰ ਆ। ਕਹਿੰਦੇ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਸੀਗੇ ਨਾ ਵੀ ਉਹ ਮੌਤ ਖਣੀ ਕੀ ਕਹਿੰਦੇ ਸੀਗੇ, ਤੈਨੂੰ ਪਤਾ ਕੀ ਲਿਖਿਆ, ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦੇ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਆ, ਉਹ ਬਿਲਕੁਲ ਸਹੀ ਕਹਿੰਦੇ ਸੀ, ਜ਼ਮੀਰਾਂ ਖਤਮ ਹੋਈਆਂ ਲੋਕਾਂ ਦੀਆਂ, ਖਤਮ ਹੋਈਆਂ, ਪੱਗਾਂ ਬੰਨ ਕੇ ਤੁਰੇ ਫਿਰਦੇ ਯਾਰ, ਸ਼ਰਮ ਖਾਓ ਮੜੀ। ਬਿਲਕੁਲ। ਫਿਰ ਉਹ ਬੰਦਾ ਮਗਰ ਬੈਠਾ ਪੀਲੀ ਪੱਗ ਬੰਨ ਕੇ, ਪੀਲੀ ਪੱਗ ਦੀ ਕਿਸੇ ਨੂੰ ਮਹੱਤਤਾ ਪਤਾ ਹੀ ਆ ਕੀ ਹੁੰਦੀ ਆ, ਕੇਸਰੀ ਚੱਕ ਕੇ ਹਰੇਕ ਦੇ ਤੁਸੀਂ ਸਰੋਪਾ ਠੋਕ ਦਿੰਦੇ ਯਾਰ। ਠੀਕ ਹੈ ਜੀ ਮਲੀ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ।